ਪੰਜਾਬ ਦੇ ਕਿਸਾਨਾਂ ਦੁਆਰਾ ਰੇਲ ਰੋਕੋ ਅੰਦੋਲਨ ਤੋਂ ਬਾਅਦ ਹੁਣ ਪ੍ਰਦਰਸ਼ਨ ਦੂਸਰੇ ਦਿਨ ਵਿੱਚ ਚਲਾ ਗਿਆ ਹੈ, ਜਿਸ ਦੇ ਚੱਲਦੇ ਅੱਜ ਕਿਸਾਨ ਕਮੇਟੀ ਦੁਆਰਾ ਅੰਮ੍ਰਿਤਸਰ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦੁਆਰਾ ਸ਼ਿਰਕਤ ਕੀਤੀ ਗਈ। ਬਿਲਕੁਲ ਜੀ, ਵੇਖੋ ਜੀ, ਅਸੀਂ ਜੇਲ੍ਹ ਭਰੋ ਮੋਰਚਾ ਕੀਤਾ ਸੀਗਾ। ਜੇਲ੍ਹਾਂ ਭਰਨ ਜਾਣ ਦਾ ਵੀ ਕਿਸਾਨ ਦਾ ਸ਼ੌਕ ਨੇ, ਇੱਕ ਡੈਮੋਕ੍ਰੇਸੀ ਵਿੱਚ ਤਰੀਕੇਕਾਰ ਸੀਗਾ, ਅਤੇ ਪਿਛਲੇ 72 ਸਾਲਾਂ ਤੋਂ ਸਾਡੀ ਕਿਸੇ ਨੇ ਨਹੀਂ ਸੁਣੀ ਵੀ ਸਾਡੀ ਹੁਣ ਸੁਣ ਲਓ। ਅਤੇ ਸਮੇਂ ਸਮੇਂ ਕਿਸਾਨਾਂ ਨਾਲ ਵਫਾਕ ਮੋਦੀ ਸਾਹਿਬ ਵੀ ਕਹਿ ਕੇ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ, ਭੱਜ ਗਏ। 1.5 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ, ਭੱਜ ਗਏ। ਕਰਜ਼ੇ ਮਾਫ਼ੀ ਬਾਰੇ ਵੀ ਉਹ ਨਿਕਲ ਗਏ। ਕੈਪਟਨ ਸਰਕਾਰ ਕਹਿ ਕੇ ਆਏ ਸੀ ਵੀ ਹਰ ਘਰ ਨੌਕਰੀ ਦਾ ਵਾਅਦਾ ਪੂਰਾ ਕਰਾਂਗੇ, ਸਮੁੱਚਾ ਕਰਜ਼ਾ ਖਤਮ ਕਰਾਂਗੇ। ਸਾਰੀਆਂ ਸਰਕਾਰਾਂ, ਚਾਹੇ ਕੇਂਦਰ ਦੀਆਂ ਚਾਹੇ ਪੰਜਾਬ ਦੀਆਂ, ਸਾਰੀਆਂ ਮੁੱਕਰ ਚੁੱਕੀਆਂ ਵਾਂ। ਸੋ ਅਸੀਂ ਅੰਦੋਲਨ ਕਰਨ ਲਈ ਮਜਬੂਰ ਆ। ਤੁਹਾਨੂੰ ਜਾਣ ਕੇ ਬਹੁਤ ਦੁੱਖ ਹੋਏਗਾ ਵੀ ਜਿਹੜਾ ਅਸੀਂ ਲਗਾਤਾਰ ਕਹਿੰਦੇ ਸੀ ਵਿਸ਼ਵ ਵਪਾਰ ਸੰਸਥਾ ਦੇ ਦਬਾਅ WTO ਦੀਆਂ ਨੀਤੀਆਂ ਤਹਿਤ ਦੇਸ਼ ਦੀ ਖੇਤੀ ਮੰਡੀ ਤਬਾਹ ਕਰਨੀ ਆ, ਸੋ ਉਹਦੇ ਤਹਿਤ ਜਿਹੜਾ RCEP ਸਮਝੌਤਾ ਵਾ, ਜਿਹੜਾ ਏਸ਼ੀਆ ਖੇਤਰ ਦੇ ਵਿੱਚ ਆ, ਉਹ ਜੂਨ ਦੇ ਵਿੱਚ ਲਾਗੂ ਕਰਨ ਜਾ ਰਹੀ ਸਰਕਾਰ, ਜਿਹਦੇ ਤਹਿਤ ਚੀਨ, ਜਪਾਨ, ਆਸਟ੍ਰੇਲੀਆ, ਨਿਊਜ਼ੀਲੈਂਡ ਇਹਨਾਂ ਦਾ ਕਣਕ, ਝੋਨਾ, ਫਲ, ਦੁੱਧ, ਖੰਡ ਸਾਡੀ ਮੰਡੀ ਵਿੱਚ ਕਰ ਮੁਕਤ ਹੋ ਕੇ ਡੰਪਿੰਗ ਹੋਣੀ ਆ। ਅਤੇ ਸਾਡੇ ਕੋਲ ਇਹ ਚੀਜ਼ਾਂ ਪਹਿਲੋਂ ਹੀ ਬੜਾ, ਪੂਰੇ ਦੇਸ਼ ਦਾ, ਭਾਰਤ ਦਾ ਕਿਸਾਨ ਤਬਾਹੀ ਹੋ ਮਚੂਗੀ ਅਤੇ ਪੰਜਾਬ ਦਾ। ਮਾਹਿਰਾਂ ਦੇ ਅਨੁਸਾਰ 45% ਪੁੱਲ ਦੁਨੀਆ ਦੀ ਆਬਾਦੀ 'ਤੇ ਫਰਕ ਪਊਗਾ। ਸੋ ਇਸ ਕਿਸਮ ਦੇ ਸਮਝੌਤੇ ਜਿਹੜੇ ਆ, ਇਹ ਕਿਸਾਨਾਂ ਦੀ ਮੌਤ ਆ। ਸੋ ਇਹਨਾਂ ਸਮਝੌਤਿਆਂ ਨੂੰ ਰੱਦ ਕਰਨ ਵਾਸਤੇ ਸਾਡਾ ਪਹਿਲਾ ਐਲਾਨ ਆ ਵੀ ਇਹਦੇ ਲਈ ਤਿੱਖੇ ਸੰਘਰਸ਼ ਹੋਣਗੇ ਜੇ ਸਰਕਾਰ ਇਹ ਤੋਂ ਗਾਹਾਂ ਵਧੀ। ਸੋ ਮੋਦੀ ਸਾਹਿਬ ਨੋਟ ਕਰ ਲੈਣ, ਕੇਂਦਰ ਦੀ ਸਰਕਾਰ ਨੂੰ ਇਹ ਸਮਝੌਤੇ ਤੋਂ ਬਾਹਰ ਆਉਣਾ ਚਾਹੀਦਾ, ਅਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦੇਣੇ ਚਾਹੀਦੇ ਆ, ਅਤੇ ਜਿੰਨੀਆਂ ਫਸਲਾਂ ਦੀ ਖਰੀਦ ਕਰਦੀ ਆ ਕੇਂਦਰ ਸਰਕਾਰ, ਉਹਨਾਂ ਨੂੰ ਖਰੀਦ ਕਰਨੀ ਚਾਹੀਦੀ ਆ, ਆਬਾਦ ਕਰ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ। ਸਰਕਾਰ ਦੀ ਆਪ ਦੀ ਰਿਪੋਰਟ ਮੁਤਾਬਕ 1100 ਕਰੋੜ ਰੁਪਈਆ ਐਤਕੀ ਗੰਨੇ ਦਾ ਬਕਾਇਆ ਖੜ ਗਿਆ, 400 ਕਰੋੜ ਰੁਪਈਆ ਪਹਿਲਾਂ ਖੜਾ ਵਾ। ਸੋ 31 ਮਾਰਚ ਤੱਕ ਹਾਈ ਕੋਰਟ 'ਚ ਵਾਅਦਾ ਕਰ ਚੁੱਕੀ ਸਰਕਾਰ, ਪਰ 30 ਮਾਹ ਅਜੇ ਤੱਕ, 29 ਮਾਰਚ ਤੱਕ ਕੋਈ ਪੈਸਾ ਨਹੀਂ, ਇੰਨੇ ਪੈਸੇ ਆਉਣਗੇ ਕਿੱਥੋਂ? ਸੋ ਦੂਜੇ ਬੰਨੇ ਸਰਕਾਰ ਡਾਂਗ ਚਾੜ ਕੇ ਪਿੰਡਾਂ ਵਿੱਚ ਚੌਂਕੀਦਾਰਾਂ ਲੋਕੋ ਰੇਟ ਦੇ ਨਾਂ ਹੇਠ ਕਿਸਾਨਾਂ ਕੋਲ ਇਹ ਗ੍ਰਾਹੀ ਕਰ ਰਹੀ ਆ, 800-900 ਕਰੋੜ ਰੁਪਈਆ ਗ੍ਰਾਹ ਕੇ ਲੈ ਗਈ। LED ਬਲਬਾਂ ਦੇ ਨਾਂ 'ਤੇ 1800 ਕਰੋੜ ਰੁਪਈਆ ਅੰਮ੍ਰਿਤਸਰ 'ਚ ਖਰਚਿਆ ਜਾ ਰਿਹਾ, ਕਿਸਾਨਾਂ ਨੂੰ ਧੇਲਾ ਦੇਣ ਵਾਸਤੇ ਨਹੀਂ ਹੈਗਾ। ਅਸੀਂ ਨਹੀਂ ਕਹਿੰਦੇ ਡਿਵੈਲਪਮੈਂਟ ਨਾ ਕਰੋ। ਸੋ ਇਸ ਕਰਕੇ ਭਰਾਵੋ, ਸਾਡੀ ਮਜਬੂਰੀ ਆ ਸੰਘਰਸ਼ ਕਰਨਾ। ਸੋ ਜਿਹੜਾ ਜੇਲ੍ਹ ਭਰੋ ਮੋਰਚਾ ਅਸੀਂ ਸ਼ੁਰੂ ਕੀਤਾ, 51 ਬੰਦਾ ਗ੍ਰਿਫਤਾਰੀ ਦਾ ਜਥਾ DC ਦਫ਼ਤਰ ਪੇਸ਼ ਕੀਤਾ ਆਪਾਂ, ਇਹ ਮੋਰਚਾ ਲਗਾਤਾਰ ਜਾਰੀ ਰਹੇਗਾ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਨਾਲ ਵੱਡੀ ਸਮੱਸਿਆ ਸਾਡੀ ਇਸ ਗੱਲ 'ਤੇ ਖੜ ਰਹੀ ਆ ਵੀ ਪਹਿਲੋਂ ਜਿਹੜੀਆਂ ਮੰਨ ਲਈਆਂ ਮੰਗਾਂ, ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ, ਖੁਦਕੁਸ਼ੀ ਵਾਲੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ, ਇਹਦੇ ਨਾਲ ਪੁਲਿਸ ਕੇਸ ਵਾਪਸ ਲੈਣੇ, ਸੋ ਇਸ ਕਿਸਮ ਦੇ ਜਿਹੜੇ ਮਸਲੇ ਸੀ 12-14 ਪਹਿਲੋਂ ਮੀਟਿੰਗਾਂ ਵਿੱਚ ਸੈਟਲ ਹੋਏ ਨੇ, ਉਹ ਸਰਕਾਰ ਲਾਗੂ ਨਹੀਂ ਕਰ ਰਹੀ, ਅਤੇ ਫਿਰ ਕੀ ਯਕੀਨ ਕਰੀਏ? ਸਗੋਂ ਹੁਣ ਚੋਣ ਜਾਬਤਾ ਲੱਗਣ ਦਾ ਝੂਠਾ ਲਾਰਾ ਲਾਇਆ ਜਾ ਰਿਹਾ। ਸਾਡੀ ਸਮਝ ਮੁਤਾਬਕ ਕਾਨੂੰਨ ਕਹਿੰਦਾ ਵੀ ਜਿਹੜੀਆਂ ਪਹਿਲੋਂ ਮੰਗਾਂ ਮੰਨੀਆਂ ਹੋਣ, ਸੈਟਲ ਹੋਣ, ਉਹਨਾਂ 'ਤੇ ਕੋਈ ਚੋਣ ਜਾਬਤਾ ਨਹੀਂ ਨਵਾਂ ਲਾਉਣ ਚੱਲ ਨਾ ਹੋਵੇ। ਸੋ ਇਸ ਕਰਕੇ ਅਸੀਂ ਮਜਬੂਰ ਹਾਂ ਅਤੇ ਆਪਣੀਆਂ ਮੰਗਾਂ ਮਨਾਉਣ ਤੱਕ ਇਹ ਮੋਰਚਾ ਜਾਰੀ ਰੱਖਾਂਗੇ।